ਗੁਰਦਾਸਪੁਰ ਦੇ 25 ਸਾਲ ਦੇ ਨੌਜਵਾਨ ਇਕਰਾਮ ਸਿੰਘ ਦੀ ਯੂਕੇ 'ਚ ਮੌਤ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਲੰਘੀ 12 ਤਰੀਕ ਨੂੰ ਉਹਨਾਂ ਨੂੰ ਉਸਦੀ ਮੌਤ ਦੀ ਖਬਰ ਆਈ ਸੀ। 12 ਤਰੀਕ ਨੂੰ ਉਸਦੀ ਯੂਕੇ ਦੇ ਵਿੱਚ ਕੰਮ ਕਰਦੇ ਵੇਲੇ ਮੌਤ ਹੋਈ ਹੈ। ਉਹਨਾਂ ਕਿਹਾ ਕਿ 15 ਤਰੀਕ ਨੂੰ ਅੰਬੈਸੀ ਵੱਲੋਂ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਕ ਕੰਮ ਕਰਦੇ ਸਮੇਂ ਕੰਧ ਡਿੱਗਣ ਕਰਕੇ ਉਸਦੀ ਮੌਤ ਹੋਈ ਅਤੇ ਹਾਦਸਾ ਵਾਪਰਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਉਸਦੀ ਲਾਸ਼ ਨੂੰ ਭਾਰਤ ਲਿਆਉਣ ਦੇ ਵਿੱਚ ਸਰਕਾਰ ਕੋਲੋਂ ਮਦਦ ਮੰਗੀ ਜਾ ਰਹੀ ਹੈ। ਗੱਲਬਾਤ ਇਸ ਤਰ੍ਹਾਂ ਇਹ ਹੈ, ਬੇਟੇ ਨੇ ਪਲੱਸ ਟੂ ਕੀਤੀ ਸੀ ਮੈਡੀਕਲ 'ਚ, ਉਸ ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜ਼ੇ 'ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ, ਅਤੇ ਸਵਾ ਤਿੰਨ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਅਤੇ 15 ਤਰੀਕ ਨੂੰ 15-12 ਨੂੰ ਸਾਨੂੰ ਫੋਨ ਆਇਆ 4:30 ਵਜੇ, ਉਹਦੀ ਮੌਤ ਹੋ ਗਈ। ਬੇਟੇ ਦਾ ਨਾਂ ਕਰਮਨਜੀਤ ਸਿੰਘ, ਉਮਰ ਉਹਦੀ 25-26 ਸਾਲ ਲੱਗਾ ਉਹਨੂੰ ਹਜੇ। ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ, ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ, ਉਹਨਾਂ ਨੇ ਤਾਂ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਅਤੇ ਕੰਮ ਕਰਦਿਆਂ ਉੱਤੇ ਦੀਵਾਰ ਜਿਹੜੀ ਆ ਉਹ ਡਿੱਗ ਗਈ ਆ, ਅਤੇ ਦੀਵਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣ ਨਾਲ ਮੌਤ ਹੋ ਗਈ। 12 ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ, ਅਤੇ 15 ਨੂੰ ਪਤਾ ਲੱਗਾ ਹੈ ਕਿ ਕੰਮ ਕਰਕੇ ਨੀਚੇ ਆਇਆ ਵਾ, ਦੀਵਾਰ ਡਿੱਗ ਗਈ ਉਹਦੇ 'ਤੇ। ਹੁਣ ਇਹ ਨਹੀਂ ਪਤਾ ਕਿ ਉਸ ਟਾਈਮ 'ਤੇ ਮੌਤ ਹੋ ਗਈ ਆ ਜਾਂ ਹੋਸਪਿਟਲ ਜਾ ਕੇ ਹੋਈ ਆ, ਇਸ ਬਾਰੇ ਸਾਨੂੰ ਕੋਈ ਪਤਾ ਨਹੀਂ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਿਮ ਸੰਸਕਾਰ ਕਰ ਸਕੀਏ। ਸਰਕਾਰ ਅੱਗੇ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣ ਅਤੇ ਇੱਦਾਂ ਦੀ ਘਟਨਾ ਨਾ ਵਾਪਰੇ। ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।